ਹਾਂਜੀ ਗਾਇਸ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਸਾਰੇ? ਤੁਹਾਡੇ ਸਾਰਿਆਂ 'ਚੋਂ ਕਾਫ਼ੀ ਜਣਿਆਂ ਨੂੰ ਲੱਗਦਾ ਹੋਊਗਾ ਕਿ ਮੈਂ ਜਿਹੜੇ ਵੀ ਕਮੈਂਟਸ ਆ ਉਹ ਰੀਡ ਨਹੀਂ ਕਰਦਾ, ਤਾਂ ਹੀ ਕਰਕੇ ਕਈ ਲੋਕ ਕਮੈਂਟਸ ਨਹੀਂ ਕਰਦੇ। ਸੋ ਕਮੈਂਟ ਮੈਂ ਸਾਰੇ ਰੀਡ ਕਰਦਾ, ਅਤੇ ਇੱਕ ਕਮੈਂਟ ਬਹੁਤ ਜ਼ਿਆਦਾ ਆ ਰਿਹਾ ਜਦੋਂ ਮੈਂ ਬਲੀਨੋ ਬਾਈ ਕੀਤੀ ਹੈ ਕਿ ਵੀਰੇ ਬਲੀਨੋ ਨੂੰ ਮੋਡੀਫਾਈ ਕਰਾਓ, ਇਹਦੇ ਵਿੱਚ ਕੁਛ ਮੋਡੀਫਿਕੇਸ਼ਨ ਕਰਾਓ। ਵੈਲਕਮ ਬੈਕ ਟੂ ਜਾਣਾ ਗਾਇਸ, ਆਈ ਹੋਪ ਤੁਸੀਂ ਕੈਂਡ ਹੋ। ਪਰ ਉਸ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਿਛਲੇ ਵਾਰ ਦੱਸਿਆ ਸੀ ਕਿ ਤੁਹਾਨੂੰ ਮਿਲ ਸਕਦਾ ਜੀ ਬ੍ਰੈਂਡ ਨਿਊ ਆਈਫੋਨ 14, ਪਰ ਤੁਸੀਂ ਵੇਟ ਕਰਦੇ ਰਹਿ ਗਏ। ਅਤੇ ਆਹ ਦੇਖੋ ਸਕਰੀਨ 'ਤੇ ਮਿਸਟਰ ਸੁਮਿਤ ਕੁਮਾਰ ਫਰੋਮ ਗਾਜ਼ੀਆਬਾਦ ਨੂੰ ਮਿਲ ਚੁੱਕਿਆ ਜੀ ਬ੍ਰੈਂਡ ਨਿਊ ਆਈਫੋਨ 14। ਖੁਸ਼ੀ ਤੁਸੀਂ ਦੇਖ ਰਹੇ ਹੋ ਚਿਹਰੇ 'ਤੇ, ਕਿਉਂਕਿ ਇਸ ਤੋਂ ਬੈਟਰ ਡਿਸਕਾਊਂਟ ਕੀ ਹੋ ਸਕਦਾ ਵਾ। ਸੋ ਪੋਪੂਲਰ ਡਿਮਾਂਡ 'ਤੇ ਇਹ ਮੌਕਾ ਫਿਰ ਤੋਂ ਲੈ ਕੇ ਆਏ ਹਾਂ। ਸੋ ਉਹਨੂੰ ਜਾਣਨ ਲਈ ਵੀਡੀਓ ਨੂੰ ਪੂਰਾ ਦੇਖਿਓ, ਸਕਿੱਪ ਨਾ ਕਰੇ। ਬੈਕ ਜਿਹੜੇ ਕਰੋਮ ਹੀ ਸਾਰੇ ਉਹ ਸਾਰੇ ਮੈਂ ਬਲੈਕ ਕਰਾ ਦਿੱਤੇ ਹੋਏ ਆ। ਫਰੰਟ ਜਿਹੜੇ ਲੋਗੋ ਵਗੈਰਾ ਵਾ ਸਭ ਬਲੈਕ ਕਰਾ ਦਿੱਤਾ ਹੋਇਆ ਯਾਰ। ਤੁਸੀਂ ਲਾ ਲਓ ਕਿ ਉਹਦੇ ਨਾਲ ਹੀ ਸਾਰੀ ਗੱਡੀ ਦੀ ਲੁੱਕ ਚੇਂਜ ਹੋ ਚੁੱਕੀ ਆ। ਸੋ ਉਹ ਸਾਰਾ ਕੰਮ ਕੱਲ੍ਹ ਕਰਾਏ, ਪਰ ਤੁਸੀਂ ਉਹ ਕਲਿਪਸ ਦੇਖ ਲਓ, ਫਿਰ ਅੱਗੇ ਗੱਲਬਾਤ ਕਰਦੇ ਹਾਂ। ਕਰੋਮ ਜ਼ਰਾ ਵਧੀਆ ਲੱਗ ਰਿਹਾ ਕਿ ਬਲੈਕ? ਮੈਨੂੰ ਤਾਂ ਜਿਹੜਾ ਬਲੈਕ ਵਧੀਆ ਲੱਗ ਰਿਹਾ ਯਾਰ, ਅਤੇ ਲੋਗੋ ਵੀ ਆਪਾਂ ਬਲੈਕ ਕਰਾ ਲਿਆ ਹੋਇਆ। ਆਹ ਸਾਰੀ ਟੇਪ ਖਰਾਬ ਕਰਤੀ ਕਿਸੇ ਨੇ, ਆ ਨੋ ਮਾਰ ਮਾਰ ਕੇ, ਇੱਧਰੋਂ ਵੀ ਅਤੇ ਇੱਧਰੋਂ ਵੀ ਆ ਦੇਖ ਲਓ। ਹੁਣ ਵਾਰੀ ਆ ਇਹਦੀ, ਦੇਖੇ ਛੋਟੇ ਜਿਹੇ ਕਬੂਤਰ ਦਾ ਬੱਚਾ ਇੱਥੇ ਕਿੱਥੋਂ ਆ ਗਿਆ ਯਾਰ, ਸਾਹਮਣੇ ਉੱਥੇ ਛੱਡ ਦਿੰਦੇ ਆ। ਚੱਲ ਵੀ ਆ, ਜਿੰਨੇ ਵੀ ਲਾਈਟ ਵਾਲੀ ਟੇਪ ਖਰਾਬ ਕੀਤੀ ਸੀ ਉਹਦਾ ਬਹੁਤ ਬਹੁਤ ਥੈਂਕ ਯੂ ਯਾਰ, ਇੱਦਾਂ ਜ਼ਿਆਦਾ ਸੋਹਣੀ ਲੱਗਣ ਦੀ ਆ ਵੇਖਿਓ। ਅਤੇ ਗਾਈਸ ਹੁਣ ਗੱਲ ਕਰਦੇ ਜੀ ਆਪਾਂ ਕਿ ਤੁਹਾਨੂੰ ਕਿਵੇਂ ਮਿਲ ਸਕਦਾ ਜੀ ਬ੍ਰੈਂਡ ਨਿਊ ਆਈਫੋਨ 14। ਉਹਦਾ ਸੀਕਰਟ ਹੈਗਾ ਤੁਹਾਡੀ ਕ੍ਰਿਕਟ ਦੀ ਨੌਲੇਜ। 6 ਨਵੰਬਰ ਨੂੰ ਜਿਹੜਾ ਮੈਚ ਹੋ ਰਿਹਾ ਜੀ ਇੰਡੀਆ ਵਰਸਿਸ ਜ਼ਿੰਬਾਬਵੇ ਦਾ, ਪਰ ਉਸ ਤੋਂ ਪਹਿਲਾਂ ਡਿਸਕ੍ਰਿਪਸ਼ਨ ਦਿੱਤੇ ਹੋਏ ਲਿੰਕ 'ਤੇ ਜਾ ਕੇ My11 Circle ਐਪ ਨੂੰ ਡਾਊਨਲੋਡ ਕਰੋ ਅਤੇ ਫਟਾਫਟ ਟੀਮ ਬਣਾਓ ਇਸ ਮੈਚ ਲਈ। ਡਾਊਨਲੋਡ ਕਰਕੇ ਗਿਵ ਅਵੇ ਕੰਟੈਸਟ ਜੁਆਇਨ ਕਰੋ ਅਤੇ ਜਿੱਤੋ ਬ੍ਰੈਂਡ ਨਿਊ ਆਈਫੋਨ 14। ਅਤੇ ਇਸ ਕੰਟੈਸਟ ਦੀ ਐਂਟਰੀ ਫੀਸ ਆ ਓਨਲੀ ₹1। ਇਹ ਕੰਟੈਸਟ ਸਿਰਫ ਇੰਡੀਆ ਵਰਸਿਸ ਜ਼ਿੰਬਾਬਵੇ ਮੈਚ ਲਈ ਹੀ ਵੈਲਿਡ ਆ। ਸੋ ਜਿਹੜੇ ਪਿਛਲੀ ਵਾਰ ਰਹਿ ਗਏ ਸੀ ਇਸ ਵਾਰੀ ਮਿਸ ਨਾ ਕਰਿਓ। ਸੋ ਫਟਾਫਟ ਜਾਓ ਡਿਸਕ੍ਰਿਪਸ਼ਨ ਦੇ ਦਿੱਤੇ ਲਿੰਕ ਤੋਂ ਜਾ ਕੇ ਕੰਟੈਸਟ ਜੁਆਇਨ ਕਰੋ, ਕਿਉਂਕਿ ਇਹ ਕੰਟੈਸਟ ਸਿਰਫ ਮੇਰੇ ਸਬਸਕ੍ਰਾਈਬਰ ਲਈ ਆ ਅਤੇ ਇਹ ਮੇਰੇ ਦਿੱਤੇ ਹੋਏ ਲਿੰਕ ਤੋਂ ਹੀ ਐਕਟੀਵੇਟ ਹੋਏਗਾ, ਡਿਸਕ੍ਰਿਪਸ਼ਨ 'ਚ ਲਿੰਕ ਆ। ਗਾਈਸ ਟੂਰਨਾਮੈਂਟ ਦੇ ਹਰ ਮੈਚ ਦੇ ਅਤੇ ਮੈਗਾ ਕੰਟੈਸਟ ਜੁਆਇਨ ਕਰਕੇ ਤੁਸੀਂ ਜੇ ਸਕਦੇ ਹੋ ਜੀ ਦ ਬੀਸਟ SUV ਮਹਿੰਦਰਾ ਥਾਰ। ਅਤੇ ਹਾਂ, ਜੇ ਤੁਸੀਂ ਇਹ ਵੀਡੀਓ ਇੰਡੀਆ ਵਰਸਿਸ ਜ਼ਿੰਬਾਬਵੇ ਮੈਚ ਤੋਂ ਬਾਅਦ ਦੇਖ ਰਹੇ ਹੋ ਤਾਂ ਫਿਰ ਵੀ ਤੁਸੀਂ ਟੀਮ ਬਣਾਉਣਾ ਨਾ ਭੁੱਲਣਾ, ਕੀ ਪਤਾ ਤੁਸੀਂ ਅਗਲੇ ਮੈਚ ਜਿੱਤ ਜਾਓ। ਅਤੇ ਗਾਈਸ ਜੇ ਤੁਸੀਂ ਮੇਰੇ ਦਿੱਤੇ ਹੋਏ ਲਿੰਕ ਤੋਂ My11 Circle ਐਪ ਡਾਊਨਲੋਡ ਕਰਦੇ ਹੋ ਤਾਂ ਤੁਹਾਨੂੰ ਮਿਲੂਗਾ ਜੀ 20% ਐਕਸਟਰਾ ਰੀਅਲ ਕੈਸ਼ ਇਨ ਯੂਅਰ My11 Circle ਅਕਾਊਂਟ। ਸੋ ਗਾਈਸ ਫਟਾਫਟ ਜਾਓ ਡਾਊਨਲੋਡ ਕਰੋ My11 Circle ਐਪ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜੂਗਾ। ਅਤੇ ਇੰਡੀਆ ਵਰਸਿਸ ਜ਼ਿੰਬਾਬਵੇ ਮੈਚ ਲਈ ਟੀਮ ਬਣਾਓ। ਹਾਲੇ ਦੇਖ ਲਓ, ਕੱਲ੍ਹ ਹੀ ਗੱਡੀ ਦਾ ਕੰਮ ਕਰਾਇਆ ਅਤੇ ਗੱਡੀ ਕਿੰਨੀ ਗੰਦੀ ਹੋ ਗਈ ਆ, ਆ ਪਿੱਛੋਂ ਦੇਖ ਲਓ ਟੋਟਲੀ ਲੁੱਕ ਚੇਂਜ ਹੋ ਚੁੱਕੀ ਆ। ਅਤੇ ਹੁਣ ਆਪਾਂ ਥੋੜ੍ਹੀ ਪਿੱਛੋਂ ਉੱਚੀ ਕਰਾਉਂਦੇ ਹਾਂ, ਇਹਦੇ ਛੋਕਰ 'ਤੇ ਪੈਡ ਪੈਣੇ ਆ ਅਤੇ ਫਿਰ ਇਹਨੂੰ ਧਵਾ ਕੇ ਵੀ ਲਾਉਣਾ ਯਾਰ। ਪਹਿਲਾਂ ਤੁਸੀਂ ਵਿਦਾਊਟ ਪੈਡ ਦੇਖ ਲਓ ਅਤੇ ਬਾਅਦ ਵਿੱਚ ਪੈਡ ਪਾ ਕੇ ਦੇਖਾਂਗੇ ਕਿੰਨੀ ਉੱਚੀ ਹੁੰਦੀ ਹੈ ਪਿੱਛੋਂ, ਕਿੰਨਾ ਕੁ ਫਰਕ ਪਊ ਭਾਜੀ, ਇੰਨਾ ਪੈ ਜਾਊ? 1.5 ਇੰਚ ਦਾ ਪੈਣਾ, 1.5 ਇੰਚ ਬਸ। ਜਿਹੜੇ ਪੈਡ, ਆਹੋ ਪੈਡ ਤਾਂ ਪਾਉਂਦੇ ਯਾਰ ਕਈ ਵਾਰ ਨਾ ਜਦੋਂ ਖੱਟੇ ਖੁੱਟੇ ਵੱਜ ਜਾਂਦੇ, ਟੱਚ ਹੁੰਦਾ ਟਾਇਰ ਤਾਂ ਕਰਕੇ। ਸੋ ਆਹ ਵਾਲਾ ਪੈਡ ਪਾਉਣ ਲੱਗੇ ਹਾਂ ਜੀ, ਅਤੇ ਜਿਹੜਾ ਇਹਦੇ ਵਿੱਚ ਹੁੰਦਾ ਪੈਡ ਆਹ ਵਾਲਾ, ਇਹ ਆ ਜਾ ਬਾਹਰ ਵੇ, ਆਹ ਵੀ ਰੰਗ ਨੇ। ਹਾਂਜੀ ਉੱਚੀ ਹੋ ਜਾਣੀ, ਬੁਰੀ ਲੱਗਣੀ ਹੋਵੇ ਇਹ ਨਾਲ, ਜ਼ਿਆਦਾ ਉੱਚੀ ਹੋਣੀ ਆ, ਥੋੜ੍ਹੀ ਜਿਹੀ ਹੋ ਜਾਣੀ ਹੋਰ ਉੱਚੀ। ਫਿਰ ਆਹ ਕੱਢ ਦਿਉ, ਇਹ ਸਾਂਭ ਲਾਂਗੇ, ਅਤੇ ਸਿਰਫ ਆਹੀ ਵਾਲੇ ਪਾਉਣ ਲੱਗੇ ਪੈਡ। ਪੈਡ ਦੇ ਨਾਲ ਯਾਰ ਕਾਫੀ ਫਰਕ ਪੈ ਗਿਆ, ਇੰਨੀ ਉੱਚੀ ਹੋ ਗਈ ਆ ਇੰਨੀ। ਹੁਣ ਇਹਨੂੰ ਚੱਲੀਏ ਵਾਸ਼ ਕਰਾਉਣ ਵਾਸਤੇ, ਧਵਾਉਂਦੇ ਹਾਂ ਅਤੇ ਫਿਰ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਂਦੇ ਹਾਂ। ਆਹ ਵੀ ਹਲੇ ਪੁਰਾ ਨਹੀਂ ਲੱਗ ਰਿਹਾ ਹੋਊਗਾ। ਹੁਣ ਆਇਆ ਜੀ ਕਾਰ ਵਾਸ਼ ਕਰਾਉਣ ਵਾਸਤੇ, ਕਾਰ ਵਾਸ਼ ਕਰਾਉਂਦੇ ਹਾਂ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਗੱਡੀ ਦੀ ਲੁੱਕ ਕਿਵੇਂ ਦੀ ਨਿਕਲ ਕੇ ਆਈ ਹੈ ਥੋੜ੍ਹੇ ਬਹੁਤ ਚੇਂਜਸ ਕਰਾਉਣ ਤੋਂ ਬਾਅਦ। ਜ਼ਿਆਦਾ ਮੋਡੀਫਿਕੇਸ਼ਨ ਨਹੀਂ ਕਰਾਈ, ਬਸ ਇਹ ਹੈ ਕਿ ਲਾਈਟਸ ਜਿਹੜੀਆਂ ਨੇ
ਅਲੋਏ ਵੀਲ ਦੇ ਵਿੱਚ ਵਰਨਾ ਚਲਵਾਈਆਂ ਸੀ। ਉਹ ਚਾਹ ਲੱਥ ਗਿਆ, ਸੋ ਇਹਦੇ ਵਿੱਚ ਤਾਂ ਅਲੋਏ ਵੀਲ ਦੇ ਵਿੱਚ ਲਾਈਟਾਂ ਨਹੀਂ ਲਵਾਉਣੀਆਂ, ਪਰ ਬਲੀਨੋ ਦੇ ਵਿੱਚ ਆਪਾਂ ਇੱਥੇ ਲਾਈਟਾਂ ਲਵਾਵਾਂਗੇ। ਇੱਥੇ लो जी गड्डी तो अपनी वॉश हो गई हुई है जी, तो हूँ देखो यार इधरों पैड्स पाने वाले काफ़ी फर्क पै गया वा, पर यार एक ड्रॉबैक भी है वा, हमने मैं एक घंटा ड्राइव करके आया वा, स्पीड ब्रेकर जो लंघाई दी गड्डी तो ठप ठप वजद यार पिछले छोकर, ये हम जो पांच जने बैठन फिर आराम से चलूगी, जे मैं कला चलाऊंगा या दो जने बैठन फिर तो इदा ही करूँगी क्योंकि यार पिछे उच्ची होगी ना। चलो कोई नहीं, बस एक चीज़ हैगी गड्डी कराने वाली, सो वो करा के लिया आ फिर तू सारी गड्डी दिखाने कि छोटे मोटे चेंजिस नाल किवें गड्डी की लुक चेंज हो जाती है। चलो यार देखो कार दे विच मैं अपनी कोई मॉडिफिकेशन कुछ नहीं कराया, कोई पार्ट एक्स्ट्रा नहीं लवाया, बस जिद्दा ही कुछ चेंजेस करके तो गड्डी की लुक थोड़ी जी इनहेंस हो गई है। पर तुहानू फ्रंट लुक दिखाउंदा वा, फ्रंट ते हेडलाइट्स ते आपां कराईए जी स्मोक 20% टिंट वाली, जिहड़ा फ्रंट लोगो ही सुजुकी दा ये आपां करा लिया ब्लैक, ये पार्ट भी क्रोम ही, सो ये भी आपां ब्लैक करा लिया, सो फ्रंट लुक चैक करो यार एक वारी। फ्रंट लुक तो यार टोटली चेंज हो गई है, थोड़े बहुत चेंजिस नाल यार मैंने ना असैसरी दे विच क्रोम नहीं ज़्यादा पसंद। हुण तुहानू दिखाउंदे जी बैक, इधर पिया होया अपना गोल्डन प्ले बटन, तो ये पार्ट भी क्रोम ही, तो ये भी क्रोम ही, ये भी आपां ब्लैक कराता, तो जिहड़े पिछलियां लाइट्स ने वह भी आपां स्मोक कराईआं होईआं ने। आ देखो पहले इत्थे भी सारा कराया ही, उत्थे देखिआ ही आ कि किसे ने आ के इत्थों सारी खराब कर दी, तां करके आपां इत्थों कटिंग कराती आ, तो जिहड़े आ लोगो आ ये आपां रिमूव करा ले होए आ जी। आ देखो हूँ देखो तुम बैक लुक कि लग रही है, देख लो थोड़े बहुत चेंजिस नाल ही बैक लुक भी किन्नी इनहेंस हो गई है, तो इधर लगा हुआ डॉलर का साइन, तो काफ़ी लोग अलॉय व्हील्स बारे पूछ रहे ही, सो ये है जी 17 इंच अलॉय 215x45। ये ड्रम भी सारे आप रेड कराए हुए बैक भी, फ्रंट रेड ब्रेक्स आ, सो आप थोड़े बहुत चेंजिस किए ने जी, तो इन्हां नाल ही गड्डी की लुक इनहेंस हो गई है, कुछ भी आपां इहदे विच मोडीफाई नहीं किया, जिद्दां हैगी है एज इट इज़ उदां ही आ। हम 30 कमेंट करके दसो कि बैक लुक ज़्यादा वधिया कि फ्रंट, यार मैंने तो बैक लुक ज़्यादा वधिया लग रही है, जिद्दां हैगी उद्दां रहिणी, बस होर कोई मॉडिफिकेशन नहीं करवानी, मॉडिफिकेशन की यार थोड़े बहुत चेंजेस कराए ने, मैंने तो यार काफ़ी वधिया लग रही है, हम 30 कहोगे यार तेरी चीज़ तेन तो वधिया लगेगी, बाकी 30 कमेंट करके दसो यार, तो बस यही कुछ कराया वा यार। देखो मेरा मानना यह है कि गड्डी अपनी तुम जिन्ना सिंपल रख दौ तो उन्ना ही तुहाडे लई आसान रहिंदा वा, ना ही गड्डी कोई खराब करती है, तो जिद्दां हैगी एज इट इज़ उद्दां रहिण दो, कोई पुठे पंगे ना लो। चलो अलॉय व्हील्स वास्ते कम वह तो बनता यार, अलॉय व्हील्स पाने तो बनते हैं, बाकी गाइज कमेंट करके जरूर दस्यो कि गड्डी की फ्रंट लुक ज़्यादा वधिया लग रही है कि बैक, यार देखो मैंने तो बैक लुक ज़्यादा वधिया लग रही है क्योंकि पिछों गड्डी पछाण ही नहीं जाती कि बलीनो जा रही है, तो जेडे जेडे कहिंदे ही कि वीरे बलीनो तो कई व्लॉग लैके आओ, सो ये व्लॉग उन्हां लई आ, हुण तुहाडा काम है जी लाइक करना कमेंट करना तो चैनल नूं सबसक्राइब करना, सो सपोर्ट करते रहो तुसीं, ब्लॉग आते रहेंगे घैंट घैंट, सो आ देख लो हमने तो अगले आँदी है, तो आ सारे चेंजिस कराने कुछ ज़्यादा खर्चा भी नहीं आया यार, बस हमने एक दो चीज़ें रह गई ने जिमें कि एक आम रेस्ट रहा वा, सो वो हले नैक्सा च भी नहीं आया, जिमें आम रेस्ट आ गया सो आप भी इंस्टॉल करा वा,
ਤੇ ਬਾਕੀ ਤਾਂ ਸਭ ਓਕੇ ਆ ਯਾਰ ਮੇਰੇ ਹਿਸਾਬ ਨਾਲ ਯਾਰ ਜਿੱਥੋਂ ਤੱਕ ਮੈਂ ਹੁਣ ਤੱਕ ਐਕਸਪੀਰੀਅੰਸ ਕੀਤਾ ਵਾ ਨਾ ਕਿ ਆਪਣੀ ਕਾਰ ਨੂੰ ਤੁਸੀਂ ਜਿੰਨਾ ਓਰੀਜਨਲ ਰੱਖੋਗੇ ਨਾ ਜਿਵੇਂ ਏਜੰਸੀ ਵੱਲੋਂ ਹੁੰਦੀ ਆ ਉੱਦਾਂ ਹੀ ਰਹਿਣ ਦਿਉ ਅਲੋਏ ਵੀ ਸਟਾਇਲ ਤਾਂ ਚਲੋ ਬੰਦਾ ਬਾਹਰੋਂ ਚੇਂਜ ਕਰਾ ਹੀ ਲੈਂਦਾ ਵਾ ਬਾਕੀ ਐਜ਼ ਇਟ ਇਜ਼ ਉੱਦਾਂ ਹੀ ਰਹਿਣ ਦਿਉ ਚਲੋ ਗਾਈਸ ਇਸ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਹੋਪ ਕਰਦੇ ਹਾਂ ਕਿ ਤੁਹਾਨੂੰ ਲੋਵ ਦੇ ਲੱਗਾ ਹੋ ਜੇ ਵਧੀਆ ਲੱਗਾ ਤਾਂ ਲਾਈਕ ਮੈਂ ਸ਼ੁਰੂ ਕਰ ਦਿਓ ਅਤੇ ਹਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜੂਗਾ ਮਾਈ 11 ਸਰਕਲ ਐਪ ਡਾਊਨਲੋਡ ਕਰੋ ਅਤੇ ਜਿੱਤੋ ਆਈਫੋਨ 14 ਅਤੇ ਨਾਲ ਦੇ ਨਾਲ ਮੈਗਾ ਕੌਂਟੈਸਟ ਦੇ ਵਿੱਚ ਮਹਿੰਦਰਾ ਥਾਰ ਐਂਡ 20% ਐਕਸਟਰਾ ਰੀਅਲ ਕੈਸ਼ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜੂਗਾ ਜ਼ਰੂਰ ਡਾਊਨਲੋਡ ਕਰਿਓ ਸੋ ਮਿਲਦੇ ਤੁਹਾਨੂੰ ਅਗਲੇ ਵਲੌਗ 'ਚ ਟਿਲ ਦੈਨ ਬਾਏ ਬਾਏ ਟੇਕ ਕੇਅਰ।